ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰਮਾਨੇ ਵਾਲੀ ਇੰਟਰਵਿਊ ਆ ਜੀ 17, 18 ਅਤੇ 19 ਤਰੀਕ, 3 ਦਿਨ। ਇਹ ਹੈਗੀ ਆ ਜੀ 17 ਤਰੀਕ ਨੂੰ ਹੁਸ਼ਿਆਰਪੁਰ ਮਲਹੋਤਰਾ, 18 ਤਰੀਕ ਨੂੰ ਏਜੇ ਵਾਲੇ ਦੇ ਜਲੰਧਰ, 19 ਤਰੀਕ ਨੂੰ ਭਾਟੀਆ ਜਲੰਧਰ ਭਾੜੀਏ ਦੇ, 3 ਦਿਨ। ਅਤੇ ਕੰਪਨੀ ਹੈਗੀ ਜੀ ਉਰਬਨ ਪਲਾਜ਼ਾ, ਉਰਬਨ ਇਨਵੈਸਟ। ਮੈਂ ਕਹਿੰਦਾ ਜੀ ਰੁਮਾਨੀਆ ਦੀ ਕੋਈ ਟੋਪ ਲਿਸਟ ਕੰਪਨੀ ਆ, ਬਹੁਤ ਹੀ ਵਧੀਆ ਕੰਪਨੀ ਆ। ਇਸ ਕੰਪਨੀ ਵਿੱਚ ਮੈਂ ਗਿਆ ਵੀ ਹਾਂ, ਉਹਨਾਂ ਦੇ ਬੰਦਿਆਂ ਨੂੰ ਵੀ ਮੈਂ ਮਿਲਿਆ ਵਾਂ, ਅਤੇ ਉਹਨਾਂ ਦਾ ਆਫਿਸ ਦਾ ਵੀ ਮੈਨੂੰ ਪਤਾ ਵਾ, ਸਾਈਡ ਆਫਿਸ ਦਾ ਵੀ ਮੈਨੂੰ ਪਤਾ। ਬਹੁਤ ਵਧੀਆ ਕੰਪਨੀ ਆ। ਇਹਨਾਂ ਨੂੰ ਚਾਹੀਦੇ ਆ ਸਟੀਲ ਫਿਕਸਰ, ਸ਼ਟਰਿੰਗ ਕਾਰਪੇਂਟਰ ਅਤੇ ਮੈਸਨ, 3 ਕੈਟਾਗਰੀਆਂ ਤਾਂ ਚਾਹੀਦੀਆਂ ਚਾਹੀਦੀਆਂ, ਹੈਲਪਰ ਮੇ ਵੀ ਨਹੀਂ ਹੈਗੇ। ਸੋ ਜੇ ਸੀ ਵੀ ਕਿਸੇ ਬੰਦੇ ਨੇ ਆਉਣਾ ਨਾ ਤਾਂ ਉਹ ਟਰਾਈ ਕਰ ਲਿਓ, ਬਹੁਤ ਹੀ ਵਧੀਆ ਕੰਪਨੀ ਆ। ਯਾਨੀ ਜੇ ਤੁਸੀਂ ਮਤਲਬ ਇਹ ਸੋਚਦੇ ਆ ਨਾ ਵੀ ਇਸ ਵੀ ਕੰਪਨੀ ਮਾੜੀ ਨਾ ਹੋਵੇ ਜਾਂ ਇੱਦਾਂ ਦਾ, ਕੁਛ ਨਹੀਂ ਹੈਗਾ, ਬਹੁਤ ਹੀ ਵਧੀਆ ਕੰਪਨੀ ਹੈ। ਮੈਂ ਗਰੰਟੀ ਨਾਲ ਕਹਿ ਸਕਦਾ ਬਹੁਤ ਟੋਪ ਦੀ ਕੰਪਨੀ ਹੈ ਇਸ ਕੰਪਨੀ। ਇੱਦਾਂ ਦੀ ਕੰਪਨੀ ਵਿੱਚ ਮੈਂ ਕਹਿ ਸਕਦਾ ਵੀ ਤੁਸੀਂ 2.5 ਲੱਖ ਦੇ ਕੇ ਵੀ ਆਓ ਤਾਂ ਤੁਹਾਨੂੰ ਉਹ ਨਹੀਂ ਹੈਗਾ ਵੀ ਤੁਸੀਂ ਜ਼ਿਆਦਾ ਦੇ ਕੇ ਆਏ, ਕਿਉਂਕਿ ਟਾਈਮ ਟੂ ਟਾਈਮ ਸੈਲਰੀ, ਰੋਟੀ ਪਾਣੀ ਟਾਈਮ ਟੂ ਟਾਈਮ, ਇੰਡੀਅਨ ਰੋਟੀ ਪਾਣੀ ਆ ਜੀ ਸਾਰਾ ਕੁਛ, ਰੋਟੀ ਪਾਣੀ ਸਾਰਾ ਕੁਛ ਇੰਡੀਅਨ, ਇੰਡੀਅਨ ਕੁੱਕ ਵਾ, ਤਾਂ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਤੁਹਾਨੂੰ ਜਾਂ ਕੋਈ ਹੋਰ ਫੂਡ ਜਾਂ ਇੱਦਾਂ, ਜਾਂ ਤੁਹਾਨੂੰ ਪੇ ਟਾਈਮੀ ਰੋਟੀ ਆਉਂਦੀ ਹੈ ਜਾਂ ਇੱਦਾਂ, ਇੱਦਾਂ ਦਾ ਕੁਛ ਨਹੀਂ ਹੈਗਾ। ਸਾਰਾ ਕੁਛ ਵਧੀਆ, ਓਨਰ ਇੱਕ ਨੰਬਰ ਬੰਦਾ, ਬਹੁਤ ਵਧੀਆ ਬੰਦਾ, ਖੁਦ ਆਪ ਇੰਟਰਵਿਊ ਲੈਣ ਵਾਲਿਆ। ਅਤੇ ਬਾਕੀ ਤੁਹਾਨੂੰ ਕੋਈ ਪ੍ਰੋਬਲਮ ਆ ਪਰਸਨਲੀ ਜਾਂ ਕਿੱਦਾਂ, ਉਹ ਬੰਦੇ ਦੀ ਹੈਲਪ ਕਰਦਾ ਜੇ ਤੁਸੀਂ ਇੱਕ ਵਧੀਆ ਕੰਮ ਕਰਦੇ ਹਾਂ ਇੱਦਾਂ, ਅਤੇ ਉਹ ਸਾਰਾ ਕੁਛ ਉਹ ਆਪ ਹੀ ਦੇਖਦੇ। ਸਟਾਫ ਇਹਨਾਂ ਦਾ ਬਹੁਤ ਵਧੀਆ ਵਾ। ਫਿਰ ਇਹਨਾਂ ਕੋਲ 22 ਮੇ ਬੀ ਬਿਲਡਿੰਗ ਆ, 20 ਫਲੋਰ, 15 ਫਲੋਰ, ਇੱਦਾਂ 7 ਸਾਲ ਦਾ ਕੰਮ, ਯਾਨੀ ਲੌਂਗ ਟਾਈਮ ਕੰਮ ਆ ਇਹਨਾਂ ਕੋਲ 7 ਸਾਲ, ਬਹੁਤ ਵੱਡਾ ਪ੍ਰੋਜੈਕਟ ਆ। ਅਤੇ ਤੁਸੀਂ ਲੌਂਗ ਟਾਈਮ ਕੰਮ ਕਰ ਸਕਦੇ ਹਾਂ ਇੱਕ ਵਧੀਆ ਵਰਕਰ, ਯਾਨੀ ਤੁਹਾਡੀ ਕੋਈ ਕੰਪਲੇਂਟ ਨਹੀਂ ਆਈ, ਇੱਦਾਂ ਕੁਛ ਬਹੁਤ ਵਧੀਆ ਕਰਕੇ ਤੁਸੀਂ ਕੰਮ ਕਰ ਸਕਦੇ ਇਹਨਾਂ ਕੋਲ। ਅਤੇ ਉਹ ਪ੍ਰੋਸੈਸ ਤਾਂ ਉਹੀ ਆ ਜੀ, ਹੁਣ ਨਵੰਬਰ ਦਸੰਬਰ ਅਤੇ ਜਨਵਰੀ ਦੇ ਵਿੱਚ ਤਾਂ ਕੁਛ ਨਹੀਂ ਹੋਣਾ, ਜਨਵਰੀ ਤੋਂ ਬਾਅਦ ਤੁਹਾਡਾ ਕੰਮ ਸਟਾਰਟ ਹੋਣਾ, ਉਹ ਵੀ 4-5 ਮਹੀਨੇ ਤੁਹਾਨੂੰ ਲੱਗ ਜਾਣੇ ਆ ਵਰਕ ਪਰਮਿਟ ਨੂੰ। ਜੇ ਹੁਣ ਉਹ ਇੰਟਰਵਿਊ ਲੈਣ ਗਿਆ ਤਾਂ 4-5 ਮਹੀਨੇ ਲੱਗਣੇ ਹੀ ਲੱਗਣੇ ਆ, ਵੀ ਤੁਸੀਂ ਉਦੋਂ ਕੀ ਤੁਹਾਡਾ ਹੋਣਾ ਵਾ ਸਾਰਾ ਕੰਮ, ਠੀਕ ਆ ਜੀ। ਬਾਕੀ ਉਹ ਇਹਨਾਂ ਨੇ ਆਪੇ ਤੁਹਾਨੂੰ ਦੱਸੀ ਜਾਣਾ ਕੀ ਪ੍ਰੋਸੈਸ ਆ। ਬਟ ਇਹ ਆ ਵੀ ਇਹ ਕੰਪਨੀ ਬਹੁਤ ਟੋਪ ਦੀ ਆ, ਜੇ ਕੋਈ ਬੰਦਾ ਸੋਚ ਰਿਹਾ ਆਉਣ ਦੀ ਜਾਂ ਕਿਸੇ ਨੂੰ ਕੋਈ ਉਹ ਹੈਗਾ, ਉਹ ਟਰਾਈ ਕਰ ਸਕਦਾ, ਬਾਕੀ ਤੁਹਾਡੀ ਕਿਸਮਤ ਆ। ਪਰ ਇੱਕ ਇਸ ਗੱਲ ਦੀ ਮੈਂ ਗਰੰਟੀ ਲੈਂਦਾ ਵੀ ਕੰਪਨੀ ਇੱਕ ਨੰਬਰ ਆ। ਅਤੇ ਕੰਪਨੀ ਜੇ ਤੁਸੀਂ ਆ ਕੇ ਇਹ ਨਹੀਂ ਕਹਿ ਸਕਦੇ ਸਾਨੂੰ ਮਾੜੀ ਕੰਪਨੀ ਮਿਲੀ ਜਾਂ ਰੋਟੀ ਪਾਣੀ ਨਹੀਂ ਹੈਗਾ ਜਾਂ ਇੱਦਾਂ ਦਾ ਕੁਛ ਨਹੀਂ ਹੈਗਾ। ਕਈਆਂ ਇੱਥੇ ਹੁਣ ਕੰਪਨੀਆਂ ਦੇ ਵਿੱਚ ਮਹੀਨਾ 2-2 ਮਹੀਨੇ ਮੈਡੀਕਲ ਹੀ ਨਹੀਂ ਹੁੰਦਾ ਜਾਂ ਫਿੰਗਰਪ੍ਰਿੰਟ ਨਹੀਂ ਹੁੰਦੇ, ਇੱਦਾਂ ਦਾ ਕੁਛ ਨਹੀਂ ਹੈਗਾ, ਟਾਈਮ ਟੂ ਟਾਈਮ ਸਾਰਾ ਕੁਛ ਇਹਨਾਂ ਦਾ ਹੈਗਾ। 3-3.5 ਮਹੀਨੇ ਵਿੱਚ ਤੁਹਾਨੂੰ TRID ਵੀ ਮਿਲ ਜਾਂਦੀ ਹੈ। ਇਹ ਕੰਪਨੀ ਇੰਨੀ ਫਾਸਟ ਆ, ਇੰਨੀ ਵਧੀਆ ਵਾ। ਸੋ ਮੈਨੂੰ ਇਸ ਕੰਪਨੀ ਵਿੱਚ ਮੇਰੇ ਫਰੈਂਡ ਵੀ ਹੈਗੇ, ਉਹਨਾਂ ਨੇ ਮੈਨੂੰ ਕਿਹਾ, ਅਤੇ ਇਹੀ ਓਨਰ ਉਹਨਾਂ ਦਾ ਜਿਹੜਾ ਵੀਡੀਓ 'ਚ ਤੁਸੀਂ ਜਿਸ ਬੰਦੇ ਨੂੰ ਦੇਖ ਰਹੇ ਹਾਂ ਇਹੀ ਆ ਰਿਹਾ ਇੰਟਰਵਿਊ ਲੈਣ। ਸੋ ਜੇ ਕਿਸੇ ਬੰਦੇ ਨੇ ਆਉਣਾ ਤਾਂ ਉਹ ਟਰਾਈ ਕਰ ਸਕਦਾ, ਬਹੁਤ ਵਧੀਆ ਕੰਪਨੀ ਆ ਸਾਰੇ ਪਾਸੇ, ਵਧੀਆ ਅਕੋਮੋਡੇਸ਼ਨ ਵਰਕਿੰਗ ਦੇ ਪਾਸਿਓਂ ਜਾਂ ਸੈਲਰੀ ਪਾਸਿਓਂ ਸਾਰੇ ਕਾਹੇ ਤੋਂ ਬਹੁਤ ਵਧੀਆ ਕੰਪਨੀ ਆ, ਤੁਸੀਂ ਟਰਾਈ ਕਰ ਸਕਦੇ ਹਾਂ। ਬਾਕੀ ਕੰਮ ਇਹ ਆ ਵੀ ਕੰਮ ਤਾਂ ਕਰਨਾ ਹੀ ਪੈਣਾ, ਕੰਮ ਤਾਂ ਸਾਰੇ ਪਾਸੇ ਕਰਨਾ ਪੈਣਾ, ਜੇ ਅਸੀਂ ਐਂ ਕੰਮ ਕਰਨਾ ਤਾਂ ਉਹ ਕਰਨਾ ਹੀ ਪੈਣਾ। ਬਟ ਇਹ ਆ ਵੀ ਇਹ ਮਤਲਬ ਇਹ ਨਹੀਂ ਹੈਗਾ ਵੀ ਤੁਹਾਨੂੰ ਸੈਲਰੀ ਨਹੀਂ ਦੇ ਰਹੇ, 2-2-3-3 ਮਹੀਨੇ ਥੱਲੇ ਰੱਖ ਰਹੇ ਆ, ਜਾਂ ਤੁਹਾਨੂੰ ਰੋਟੀ ਪਾਣੀ ਟਾਈਮ ਟੂ ਟਾਈਮ ਨਹੀਂ ਆ ਰਿਹਾ, ਇੱਦਾਂ ਦਾ ਕੁਛ ਨਹੀਂ ਹੈਗਾ। ਇਹ ਇਸ ਪੱਖੋਂ ਬਹੁਤ ਵਧੀਆ ਕੰਪਨੀ ਆ, ਤੁਸੀਂ ਟਰਾਈ ਕਰ ਸਕਦੇ ਹਾਂ। 17 ਤਰੀਕ ਨੂੰ ਮਲਹੋਤਰਾ ਹੁਸ਼ਿਆਰਪੁਰ ਯਾਨੀ ਕੱਲ੍ਹ, 18 ਤਰੀਕ ਨੂੰ ਏਜੇ ਵਾਲਿਆਂ ਦੇ ਜਲੰਧਰ, ਅਤੇ 19 ਤਰੀਕ ਨੂੰ ਭਾੜੀਏ ਦੇ। ਸ਼ਾਇਦ ਇਹ ਨਾ ਇੰਟਰਵਿਊ ਲਵੇ 17 ਦੀ, ਅਤੇ 18 ਤਰੀਕ ਦੀ ਇੰਟਰਵਿਊ ਜ਼ਰੂਰ ਕਰੂਗਾ। ਸੋ ਟਰਾਈ ਕਰ ਲਿਓ, ਜੇ ਇਸ ਕਿਸੇ ਬੰਦੇ ਨੇ ਵੀ ਆਉਣਾ ਵਾ ਉਹ ਟਰਾਈ ਕਰ ਲਿਓ, ਬਹੁਤ ਵਧੀਆ ਕੰਪਨੀ ਆ ਇਹ। ਇਸ ਕੰਪਨੀ ਜਾ ਕੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਮਾੜੀ ਕੰਪਨੀ ਚਾਹੀਦੀ, ਸਾਡੇ ਨਾਲ ਧੋਖਾ ਹੋਇਆ। ਮੈਂ ਤਾਂ ਕਰਕੇ ਇਸ ਕੰਪਨੀ ਦੀ ਬਾਹਲੀ ਸਿਫਤ ਕਰ ਰਿਹਾ, ਕਿਉਂਕਿ ਮੈਨੂੰ ਮੇਰੇ ਲਿੰਕ ਦੇ ਵਿੱਚ ਹੈਗੇ ਬੰਦੇ, ਉਹਨਾਂ ਨੇ ਮੈਨੂੰ ਦੱਸਿਆ, ਮੈਂ ਖੁਦ ਵੀ ਦੇਖਿਆ, ਇਹਨਾਂ ਦਾ ਆਫਿਸ ਵੀ ਦੇਖਿਆ ਵਾ, ਮੇਨ ਆਫਿਸ ਵੀ ਦੇਖਿਆ, ਸਾਈਡ ਆਫਿਸ ਵੀ ਦੇਖਿਆ, ਸਾਈਡ ਤਾਂ ਬਾਹਰੋਂ ਮੈਂ ਦੇਖੀ ਆ, ਅਤੇ ਬਿਲਡਿੰਗ ਬਣ ਰਹੀਆਂ ਵਾ, ਵਰਕਰ ਵੀ ਬਹੁਤ ਵਧੀਆ ਵਾ, ਜਿੱਦਾਂ ਮਤਲਬ ਕੋਈ ਕਹਿ ਨਹੀਂ ਸਕ, ਕੋਈ ਚਾਹੇ ਮੈਂ ਕਿਸੇ ਵਰਕਰ ਨੂੰ ਇਹ ਨਹੀਂ ਕਹਿੰਦੇ ਸੁਣਿਆ ਵੀ ਯਾਰ ਸਾਡੀ ਕੰਪਨੀ ਮਾੜੀ ਹੈ, ਸੈਲਰੀ ਦਿੰਦੀ ਆ ਕਿੱਦਾਂ। ਇਸ ਕਰਕੇ ਤੁਸੀਂ ਟਰਾਈ ਕਰ ਲਿਓ, ਬਹੁਤ ਵਧੀਆ ਕੰਪਨੀ ਆ।
ਸਾਰੇ ਪਾਸਿਓਂ ਹੀ ਵਧੀਆ ਵਾ, ਅਤੇ ਜਿਸ ਕਿਸੇ ਨੇ ਵੀ ਆਉਣਾ ਉਹ ਆ ਸਕਦਾ। ਮੈਸਨ, ਸਟੀਲ ਫਿਕਸਰ ਅਤੇ ਸ਼ਟਰਿੰਗ ਕਾਰਪੇਂਟਰ ਦੇ ਇਹਨਾਂ ਨੂੰ ਲੋੜ ਆ। ਉਹ ਤੁਸੀਂ ਇੰਟਰਵਿਊ ਦੇ ਕੇ ਆਪਣੇ ਡਾਕੂਮੈਂਟ ਲੈ ਕੇ ਉੱਥੇ ਪਹੁੰਚ ਜਿਓ, ਟਰਾਈ ਕਰਿਓ ਜਿੱਦਾਂ ਵੀ ਤੁਹਾਡਾ ਹੈਗਾ, ਅਤੇ ਤੁਸੀਂ ਆ ਸਕਦੇ। ਕੰਪਨੀ ਬਹੁਤ ਵਧੀਆ ਵਾ, ਕੰਪਨੀ ਦੀਆਂ ਮੈਂ ਤਾਂ ਹੀ ਸਿਫਤਾਂ ਕਰ ਰਿਹਾ ਕਿਉਂਕਿ ਮੈਨੂੰ ਪਤਾ, ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਜ਼ਿਆਦਾਤਰ ਮੈਨੂੰ ਹੁਣ ਲੋਕ ਪੁੱਛ ਰਹੇ ਨੇ ਆਹ ਕੰਪਨੀ ਕਿਹੜੀ ਹੈ, ਕਿੱਦਾਂ ਦੀ ਹੈ, ਉਹ ਕੰਪਨੀ ਕਿੱਦਾਂ ਦੀ। ਮੈਂ ਤੁਹਾਨੂੰ ਦੱਸਿਆ ਵੀ, ਮੈਂ ਤੁਹਾਨੂੰ ਪਹਿਲੇ ਦਿਨ ਤੋਂ ਦੱਸਿਆ ਵੀ ਜਿਸ ਕੰਪਨੀ ਦਾ ਮੈਨੂੰ ਪਤਾ ਮੈਂ ਤੁਹਾਨੂੰ ਪੂਰਾ ਦੱਸੂੰਗਾ, ਜਿਸ ਦਾ ਨਹੀਂ ਪਤਾ ਮੈਂ ਉਹਨੂੰ ਦੀ ਹਾਂ ਨਹੀਂ ਕਰਦਾ ਹੈਗਾ। ਜਿਹੜੀ ਜਿਹੜੀ ਕੰਪਨੀ ਦਾ ਮੈਨੂੰ ਪਤਾ ਹੁੰਦਾ ਮੈਂ ਦੱਸਿਆ, ਇਸ ਕੰਪਨੀ ਦਾ ਮੈਂ ਤੁਹਾਨੂੰ ਮੈਨੂੰ ਪਤਾ ਮੈਂ ਤੁਹਾਨੂੰ ਦੱਸਿਆ। ਬਾਕੀ ਮੈਂ ਤੁਹਾਨੂੰ ਇਸ ਕੰਪਨੀ ਦੇ ਵਰਕਰ ਦੀ ਵੀ ਸ਼ਾਇਦ ਹੋ ਸਕਦਾ ਮੈਂ ਵੀਡੀਓ ਬਣਾ ਕੇ ਤੁਹਾਨੂੰ ਸੈਂਡ ਕਰਾਂ, ਜਿਹੜੇ ਆਪਦੇ ਮੂੰਹ ਕਹਿ ਰਹੇ ਵੀ ਇਹ ਕੰਪਨੀ ਕਿੱਦਾਂ ਦੀ ਹੈ ਕਿੱਦਾਂ ਦੀ ਨਹੀਂ। ਸੋ 3 ਦਿਨ ਇੰਟਰਵਿਊ, ਟਰਾਈ ਕਰ ਲਿਓ ਜੇ ਕਿਸੇ ਨੇ ਆਉਣਾ ਇਸ ਕੰਪਨੀ ਦੇ ਵਿੱਚ। ਮਤਲਬ ਇੰਟਰਵਿਊ ਦੇ ਕੇ ਤੁਹਾਨੂੰ ਕੁਛ ਕਰਨ ਦੀ ਲੋੜ ਨਹੀਂ ਹੈ ਵੀ ਕੰਪਨੀ ਕਿੱਦਾਂ ਦੀ ਆ ਕਿੱਦਾਂ ਦੀ ਨਹੀਂ ਆ, ਕੁਛ ਪੁੱਛਣ ਦੀ ਲੋੜ ਨਹੀਂ ਹੈ ਕਿਉਂਕਿ ਇਸ ਕੰਪਨੀ ਦਾ ਸਾਰਾ ਕੁਛ ਬਹੁਤ ਵਧੀਆ ਵਾ। ਓਕੇ ਜੀ, ਜੇ ਕਿਸੇ ਨੇ ਆਉਣਾ ਤਾਂ ਟਰਾਈ ਕਰ ਸਕਦਾ। ਸੋ ਥੈਂਕ ਯੂ।